अच्छा फिर अपने पापा ना गया थे फिर ऐसे खड़े हैं पर पापा ने और कुछ डाल दी थी नहीं डाल दी थी हम ना जू मां सीत गाना बंद से गए गाना बंद नाल में परली साइड से गया नहीं ना सुबह भी गए थे सुबह भी तुझे कह रहे थे गाना बंद सी हो जू मां सी ना गाना बंद था हम नन पूछ लो प्रेशर छोड़न इसे क्या क्या दी थी शर्म होने वास्ते ते हुन भी कहंदे पापा कहंदे है कि काम बंद सी ते मैं आवाज पर इनपे गया थी ਅੱਡੇ 'ਤੇ ਕੱਦੂ ਲੈ ਗਏ ਸੀ ਕੱਲ੍ਹ ਮੈਂ ਤਾਂ ਬਿਲਕੁਲ ਵੀ ਕੱਦੂ ਦੀ ਸਾਦਾ ਇਕੱਲਾ ਕੱਦੂ ਪਕਾਇਆ ਹੋਵੇ ਨਾ ਬਿਲਕੁਲ ਤਾਂ ਖਾ ਹੀ ਨਹੀਂ ਅਤੇ ਬਾਸ ਮੈਂ ਮਿਲ ਭੇਜਿਆ ਸੀ ਚਿਕਨ ਲੈਣ ਗੋਸ਼ਤ ਲੈਣ ਗਏ ਸੀ ਅਤੇ ਫਿਰ ਮੈਂ ਬੱਚਿਆਂ ਵਾਸਤੇ ਨਾ ਚੀਜ਼ ਮੰਗਵਾਈ ਆ ਗੈਸ ਕਰੋ ਕੀ ਮੰਗਵਾਇਆ ਮੇਰੇ ਬੱਚੇ ਲੇਟ ਮੰਗਦੇ ਸੀ ਭਾਈ ਗਏ ਸੀ ਅਤੇ ਬਾਸ ਭਾਈ ਕੋਲ ਨਾ ਮੈਂ ਲੇਟ ਮੰਗਵਾਇਆ ਦਸ ਦਸ ਵਾਰ ਦਸ ਦਸ ਵਾਲਾ ਪੈਟਰਨ ਮੈਂ ਮੰਗਵਾਇਆ ਸਹੀ ਪੀਸ ਵਾਲਾ ਨਾ ਉਹ ਮੈਨੂੰ ਨਾ ਪਸੰਦ ਨਹੀਂ ਆ ਸੋਹਣਾ ਨਹੀਂ ਮਿਲਦਾ ਇੱਥੋਂ ਮਿਲਦੇ ਨਹੀਂ ਕਿਹੜੇ ਵਾਲਾ ਸੋਹਣੇ ਆ ਖਾ ਲਓ ਚਲੋ ਇੱਕ ਪੈਕ ਲੈ ਲਓ ਇੱਕ ਮੇਰੇ ਵੱਲ ਵੀ ਕਰ ਦਿਓ ਰੇ ਸਾਡੀ ਸੋਲੋ ਹੀ ਮਾਰ ਲਿਆ ਕਰੋ ਕਦੇ ਤੁਸੀਂ ਕਿਹੜਾ ਬੱਚੇ ਆ ਦਿਲ ਕਰਦਾ ਨਾ ਭੁੱਖ ਲੱਗੀ ਆ ਸਾਰਾ ਦਿਨ ਤਾਂ ਥੱਕਿਆ ਕੰਮ ਕਰਕੇ ਖੋਲ ਕਦਮ ਹੋ ਜਾਣਾ ਚਲੋ ਚਾਰ ਹੋਏ ਬੱਚੇ ਤਾਂ ਖੁਸ਼ ਹੋ ਹੀ ਜਾਂਦੇ ਨਾ ਅਸੀਂ ਇਹ ਬੇਰ ਖਾਣੋਂ ਨਹੀਂ ਹਟਦੇ ਇਹਨਾਂ ਨੇ ਇੰਨੀ ਖਾਂਸੀ ਆ ਜ਼ੁਕਾਮ ਆ ਫਿਰ ਵੀ ਬੇਰ ਹਮ ਨਾ ਤਾਂ ਦੋਨੇ ਖਾਂਦੀਆਂ ਮੁੰਡਾ ਨਹੀਂ ਮੈਂ ਦੇਖਿਆ ਜਾਂਦਾ ਆਹ ਦੋਨੇ ਭੈਣਾਂ ਜਾਂਦੀਆਂ ਜਦੋਂ ਹੁਣ ਦੋਨੇ ਜਾਣਗੇ ਨਾ ਬੇਰੀ ਤੇ ਤੁਸੀਂ ਮੈਨੂੰ ਦੱਸਿਓ ਫਿਰ ਮੈਂ ਸੋਫੀ ਲਿਆ ਕੇ ਜਾਵਾਂਗੀ ਫਿਰ ਮੈਂ ਲੈ ਜਾ ਤਬੀਅਤ ਸਾਫ਼ ਕਰੂੰਗੀ ਸਾਰੀ ਰਾਤ ਖਾਂਸੀ ਆਉਂਦੀ ਹੈ ਦਵਾਈ ਦੇ ਦਿੱਤੀ ਦਾ ਕੀ ਫਾਇਦਾ ਜਦੋਂ ਇਹਨਾਂ ਨੇ ਬੇਰ ਖਾਣੋ ਨਹੀਂ ਹਟਣਾ ਅੱਜ ਤੋਂ ਬਾਅਦ ਬੇਰ ਨਹੀਂ ਖਾਣੀ ਠੀਕ ਹੈ ਨਾ ਹਾਂ ਇਹ ਚੀਜ਼ ਖਾ ਲਓ ਤੁਸੀਂ ਪੈਕਟ ਖੋਲੋ ਥੋੜ੍ਹੇ ਲਈ ਫਿਰ ਨਹੀਂ ਖੋਲ ਲਾ ਇੱਧਰ ਇਹ ਮੈਂ ਬੱਚਿਆਂ ਨੇ ਰੱਖਣਾ ਫਿਰ ਤੁਹਾਨੂੰ ਪਤਾ ਬੱਚੇ ਆ ਜਾਂਦੇ ਥੋੜ੍ਹੀ ਦੇਰ ਬਾਅਦ ਮੰਮਾ ਜੀ ਕੋਈ ਚੀਜ਼ ਦੇ ਦਿਓ ਚਲੋ ਮੈਂ ਤੁਹਾਨੂੰ ਚੀਜ਼ ਮੰਗਵਾ ਕੇ ਰੱਖੀ ਫਿਰ ਮੈਂ ਦੇ ਦਾਂ ਚਲੋ ਖੋਲੋ ਤੁਸੀਂ ਖੋਲ ਲਓ ਆਰੇ ਲੱਗ ਜਾਂਦੇ ਆ ਮਿੰਟ ਬਾਅਦ ਹਾਂਜੀ ਆਰੇ ਲੱਗ ਜਾਂਦੇ ਗੱਲ ਤਾਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਅਸੀਂ ਕਹਿੰਦੇ ਹਰੀਆਂ ਮਿਰਚਾਂ ਅਤੇ ਲਸਣ ਅਤੇ ਅਦਰਕ ਇਹਨਾਂ ਦਾ ਮੈਂ ਪੇਸਟ ਬਣਾ ਲੈਂਦੀ ਹਾਂ ਕੁੱਟ ਲੈਂਦੀ ਹਾਂ ਮਿਰਚਾਂ ਵਾਲਾ ਹੀ ਕੁੰਡਾ ਪੱਪਾ ਜੀ ਨੇ ਅੱਗੇ ਮਿਰਚਾਂ ਕੁੱਟੀਆਂ ਸੀ ਰਾਇਤਾ ਬਣਾਇਆ ਸੀ ਅਤੇ ਹਰੀਆਂ ਮਿਰਚਾਂ ਵਾਸ ਭਾਈ ਨਾ ਕਾਫੀ ਜ਼ਿਆਦਾ ਲਿਆ ਆ ਅਤੇ ਮੈਂ ਕਿਹਾ ਵੀ ਸਾਲਣ 'ਚ ਪਾ ਲੈਂਦੀ ਹਾਂ ਕੁੱਟ ਕੇ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਹਾਂਜੀ ਕੁਛ ਹਰੀਆਂ ਪਾ ਲੈਂਦਾ ਕੁਛ ਬੰਦਾ ਲਾਲ ਪਾ ਲੈਂਦਾ ਜੇ ਕੱਦੂ ਇਕੱਲੇ ਖਾਣੇ ਪੈ ਜਾਂਦੇ ਮੈਨੂੰ ਨਾ ਤੁਹਾਨੂੰ ਸੱਚੀ ਗੱਲ ਦੱਸਾਂ ਬੁਰਕੀ ਨਹੀਂ ਲੰਘਦੀ ਗੱਲ 'ਚ ਸੱਚੀ ਗੱਲ ਇਕੱਲੇ ਕੱਦੂ ਨਹੀਂ ਮੇਰੇ ਕੋਲ ਖਾਣ ਦੇ ਚਨੇ ਕੱਦੂ ਚਨੇ ਦਾਲ ਪਾਈ ਹੋਵੇ ਨਾ ਕੱਦੂਆਂ 'ਚ ਫਿਰ ਵੀ ਖਾਧੀ ਜਾਂਦੀ ਆ ਅਤੇ ਇਕੱਲੇ ਕੱਦੂ ਨਹੀਂ ਮੇਰੇ ਕੋਲ ਖਾਣ ਦੇ ਮੈਨੂੰ ਤਾਂ ਕੀ ਹੋਣ ਲੱਗ ਜਾਂਦਾ ਸਹੀ ਵੈਸੇ ਕਾਫੀ ਲੋਕ ਖਾ ਲੈਂਦੇ ਆ ਸਾਦਾ ਇਸੇ ਤਰ੍ਹਾਂ ਹੀ ਲੇਕਿਨ ਮੇਰੇ ਕੋਲ ਤਾਂ ਕੋਈ ਖਾ ਨਹੀਂ ਹੁੰਦੀ ਚਲ ਕੁੱਟ ਲਓ ਉਹ ਗਾਂ ਆਵਾਜ਼ਾਂ ਮਾਰੀ ਜਾਂਦੀ ਹੁਣ ਅੱਛਾ ਸਹੀ ਹਾਂਜੀ ਜਾਓ ਅੱਜ ਕੱਚੀ ਹਾਂਡੀ 'ਚ ਸਾਲਣ ਪਕਾਉਣਾ ਹਾਂਜੀ ਤੋ ਆਜ ਹਮ ਲੈਂਗੇ ਕੱਚੀ ਹਾਂਡੀ ਮੈਂ ਸਾਲਣ ਲੈ ਮੈਨੇ ਲਗਾ ਲਿਆ ਇਸੇ ਚੁੱਲ੍ਹੇ ਪਰ ਰੱਖ ਲਈ ਅੱਛਾ ਜੀ ਹਾਂਜੀ ਵਿੱਚ ਵੀ ਕੋਈ ਘੇ ਕੋ ਪਾ ਲਓ ਘੀ ਪਾ ਲੈਣੀ ਹੈ ਗਰਮ ਹੋ ਜਾਣਾ ਧੋ ਕੇ ਲੈ ਕੇ ਆਈ ਹੈ ਨਾ ਵਿੱਚ ਥੋੜਾ ਥੋੜਾ ਪਾਣੀ ਹੋਣਾ ਵਾ ਸਹੀ ਗਰਮ ਹੋ ਜਾਣਾ ਫਿਰ ਤਾਂ ਤੁਹਾਨੂੰ ਪਤਾ ਘੀ ਜਦੋਂ ਪਾਣੀ ਤੇ ਘੀ ਮਿਕਸ ਹੋ ਜਾਂਦਾ ਨਾ ਹੋਰ ਤਰ੍ਹਾਂ ਦੀ ਵਾਅਦਾ ਕਰਦੇ ਆ ਅੱਛਾ ਹਾਂਜੀ ਅਤੇ ਕੱਚੀ ਹਾਂਡੀ ਮਾਸ਼ਾਅੱਲਾ ਸਾਡੀ ਬੜੀ ਪਿਆਰੀ ਹੈ ਇਹਦਾ ਡਿਜ਼ਾਇਨ ਦੇਖੋ ਕਿੰਨਾ ਸੋਹਣਾ ਵਾ ਅਤੇ ਮੇਰਾ ਦਿਲ ਕਰਦਾ ਸੀ ਵੀ ਅੱਜ ਇਹਦੇ 'ਚ ਕੱਚੀ ਹਾਂਡੀ ਸਾਲਣ ਪਕਾਵਾਂ ਜਵੇਰ ਮੈਨੂੰ ਤਾਂ ਉਹ ਜਿਹੜੀਆਂ ਕੱਚੀ ਹਾਂਡੀ ਦੀ ਮੱਟੀ ਦੀ ਹਾਂਡੀ ਜਿਹੜੀ ਨਹੀਂ ਹੁੰਦੀ ਉਹ ਦੂਸਰੀ ਹਾਂਡੀ ਨਹੀਂ ਉਹ ਕੜਾਹੀ ਕੜਾਹੀ ਮੈਨੂੰ ਤਾਂ ਉਹ ਵੀ ਬਹੁਤ ਪਿਆਰੀ ਲੱਗਦੀ ਹੈ ਮੈਨੂੰ ਤੁਸੀਂ ਲੈ ਦਿਉ ਨਾ ਚਲੋ ਉਹ ਵੀ ਲਿਆਵਾਂ ਕਿਸ ਤਰ੍ਹਾਂ ਹਾਂ ਮੈਨੂੰ ਬਹੁਤ ਪਿਆਰੀ ਲੱਗਦੀ ਆ ਅਤੇ ਅਸੀਂ ਹਾਂਡੀ ਵਿੱਚ ਘੀ ਵੀ ਪਾ ਲਿਆ ਵਾ ਮੱਟੀ ਦੀ ਹਾਂਡੀ ਜਿਹੜੀ ਹੈ ਨਾ ਇਹ ਥੋੜ੍ਹੀ ਜਿਹੀ ਦੇਰ ਨਾਲ ਗਰਮ ਹੁੰਦੀ ਆ ਇਸੇ ਕਰੇ ਹੈ ਨਾ ਜਿਹੜੀ ਮਿੱਟੀ ਦੀ ਮੈਂ ਕਿਹਾ ਹਾਂਡੀ ਜਿਹੜੀ ਆ ਇਹ ਥੋੜ੍ਹੀ ਜਿਹੀ ਨਾ ਲੇਟ ਹੀ ਗਰਮ ਹੁੰਦੀ ਆ ਜਦੋਂ ਫਿਰ ਗਰਮ ਹੋ ਜਾਂਦੀ ਫਿਰ ਜਲਦੀ ਠੰਡੀ ਵੀ ਨਹੀਂ ਹੁੰਦੀ ਚਲੋ ਅੱਜ ਸਾਲਣ ਮਜ਼ੇਦਾਰ ਦਾ ਬਣਾਉਣਾ ਨਾ ਕੀ ਪਤਾ ਲੱਗੂ ਪਿਛਲੀ ਦਫਾ ਨਾ ਕੱਦੂ ਗੋਸ਼ਟ ਖੋਖੋ ਜਿਹਨੇ ਨਾ ਇਹ ਹਾਂਡੀ 'ਚ ਬਣਾਏ ਸੀ ਤਾਂ ਹੁਣ ਹੀ ਲੈਂਦੇ ਅਸੀਂ ਇਸੇ ਹਾਂਡੀ 'ਚ
ਹਾਂਜੀ ਮੂੰਹੋਂ ਨਹੀਂ ਸੀ ਲੈਂਦਾ ਸਹੀ ਇਸ ਲਈ ਮੈਂ ਕਿਹਾ ਵੀ ਇਹਦੇ ਚ ਪਕਾਉਂਦੀ ਹਾਂ ਅੱਜ ਅੱਛਾ ਤੇ ਕੱਦੂ ਗੋਸ਼ਤ ਮੇਰਾ ਫੇਵਰਟ ਆ ਲੇਕਿਨ ਇਕੱਲਾ ਕੱਦੂ ਗੋਸ਼ਤ ਇਕੱਲਾ ਕੱਦੂ ਨਹੀਂ ਕੱਦੂ ਗੋਸ਼ਤ ਬਾਲਣ ਘਰ ਦਾ ਹੋ ਜਾਂਦਾ ਜੇ ਮੁੱਲ ਲੈਣਾ ਪਵੇ ਤਾਂ ਫੇਰ ਪਤਾ ਲੱਗੇ ਬਿਲਕੁਲ ਮੈਨੂੰ ਤਾਂ ਬਾਲਣ ਬਹੁਤ ਪਸੰਦ ਆ ਗੈਸ 'ਤੇ ਜੇ ਹਾਂਡੀ ਰੱਖੀ ਹੋਵੇ ਤਾਂ ਜਲਦੀ ਸੇਕ ਨਹੀਂ ਲੱਗੀ ਹਾਂਡੀ ਤਾਂ ਮੈਂ ਸੁਕਾ ਕੇ ਜੀ ਪਾਇਆ ਇਹ ਫਿਰ ਇਸ ਤਰ੍ਹਾਂ ਵਾਲ ਲੱਕ ਬਗਾ ਪਿਆ ਵਾ ਅਤੇ ਹੁਣ ਮੈਂ ਪਾਉਂਗੀ ਪਿਆਜ਼ ਪਿਆਜ਼ਾਂ ਨੂੰ ਮੈਂ ਅੱਛੀ ਤਰ੍ਹਾਂ ਫਰਾਈ ਕਰਦੀ ਹਾਂ ਅਤੇ ਮੈਂ ਟਮਾਟਰ ਕੱਟ ਲੈਂਦੀ ਹਾਂ ਮਿਰਚਾਂ ਹਰੀਆਂ ਮਿਰਚਾਂ ਅਤੇ ਲਸਣ ਅਦਰਕ ਪਹਿਲਾਂ ਵੀ ਕੱਟ ਚੁੱਕੀ ਹਾਂ ਬੱਚੇ ਪਤਾ ਨਹੀਂ ਕਰ ਰਹੇ ਬੱਚੇ ਖੇਡ ਰਹੇ ਇਹਨਾਂ ਕਿਹੜਾ ਸਾਰਾ ਦਿਨ ਹੋਰ ਕੰਮ ਇਹ ਬੰਨ 'ਚ ਪੜ੍ਹਨਾ ਹੋਵੇ ਤਾਂ ਨੀਂਦ ਆ ਜਾਂਦੀ ਅੱਗੇ ਪਿੱਛੇ ਇਹ ਨੀਂਦ ਨਹੀਂ ਆਉਂਦੀ ਰਾਤੀ ਹਮ ਨਾ ਪੜ੍ਹਾ ਰਹੀ ਰਹੀ ਸੀ ਨਾ ਨਹੀਂ ਜੀ ਮੈਨੂੰ ਪਾਪਾ ਨੀਂਦ ਆਉਂਦੀ ਪਿਆਜ਼ ਸਾਡੇ ਹਲਕੇ ਫਰਾਈ ਹੋ ਗਏ ਆ ਅਤੇ ਹੁਣ ਮੈਂ ਟਮਾਟਰ ਪਾ ਲੈਂਦੀ ਹਾਂ ਟਮਾਟਰ ਅੱਛੀ ਤਰ੍ਹਾਂ ਗਲ ਜਾ ਪਹਿਲੇ ਨਾ ਮੈਂ ਬਾਹਰ ਵਾਲੀ ਕਿਚਨ 'ਚ ਲੱਗੀ ਸੀ ਸਾਨੂੰ ਕੰਮ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਮੈਂ ਕਿਹਾ ਸੇਕ ਹੀ ਨਹੀਂ ਲੱਗਣਾ ਅਤੇ ਕਮਰੇ 'ਚ ਪਾ ਲੈਂਦੀ ਹਾਂ ਚੰਗਾ ਕੀਤਾ ਅੱਛਾ ਜੀ ਸਹੀ ਹੈ ਉੱਥੇ ਨਾ ਤਾਂ ਅੱਗ ਚੱਲਦੀ ਹੈ ਬਾਅਦ ਦੇ ਵਿੱਚ ਹਾਂਜੀ ਹਵਾ ਪੈਂਦੀ ਆ ਟਮਾਟਰ ਅੱਛੀ ਤਰ੍ਹਾਂ ਗਲ ਗਿਆ ਹੁਣ ਅਦਰਕ ਲਸਣ ਅਤੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਭੁੰਨ ਲੈਂਦੀ ਹਾਂ ਅਦਰਕ ਲਸਣ ਵੀ ਅੱਛੀ ਤਰ੍ਹਾਂ ਭੁੱਜ ਗਿਆ ਅਤੇ ਹੁਣ ਮੈਂ ਇਹਦੇ 'ਚ ਪਾ ਲੂੰਗੀ ਮਸਾਲੇ ਬਿਸਮਿਲਲਾਹਿ ਰਹਿਮਾਨਿਰ ਰਹੀਮ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਭੁੰਨ ਲੈਂਦੀ ਹਾਂ 2 ਮਿੰਟ ਤੱਕ ਮਸਾਲਾ ਸਾਡਾ ਭੁੱਜ ਗਿਆ ਵਾ ਹੁਣ ਮੈਂ ਚਿਕਨ ਪਾ ਲੈਂਦੀ ਹਾਂ ਚਿਕਨ ਮੈਂ ਥੋੜ੍ਹਾ ਜਿਹਾ ਹੀ ਮੰਗਵਾਇਆ ਸੀ ਮੈਂ ਕਿਹਾ ਚਲੋ ਜ਼ਾਇਕਾ ਜਿਹਾ ਬਦਲ ਜਾਏਗਾ ਚਿਕਨ ਅੱਛੀ ਤਰ੍ਹਾਂ ਵਿੱਚ ਮਿਕਸ ਕਰ ਲੈਂਦੀ ਹਾਂ ਚਿਕਨ ਤਾਂ ਬੜੀ ਮਹਿੰਗਾ ਹੀ ਚਿਕਨ ਨੂੰ ਵੀ ਅੱਛੀ ਤਰ੍ਹਾਂ ਫਰਾਈ ਕਰਦੀ ਹਾਂ ਭੁੰਨ ਲੈਂਦੀ ਹਾਂ ਉਸ ਤੋਂ ਬਾਅਦ ਕੱਦੂ ਪਾ ਲਾਂਗੇ ਚਿਕਨ ਵੀ ਅੱਛੀ ਤਰ੍ਹਾਂ ਪਹੁੰਚ ਗਿਆ ਵਾ ਅਤੇ ਹੁਣ ਮੈਂ ਪਾ ਲੈਂਦੀ ਹਾਂ ਕੱਦੂ ਵੀ ਅੱਛੀ ਤਰ੍ਹਾਂ ਮਿਕਸ ਕਰ ਲੈਂਦੀ ਹਾਂ ਸਾਲਨ ਬਿਲਕੁਲ ਪੱਕ ਗਿਆ ਵਾ ਥੋੜ੍ਹਾ ਥੋੜ੍ਹਾ ਵਿੱਚ ਨਾ ਘੀ ਆ ਸਾਡੇ ਘਰ 'ਚ ਨਾ ਘੀ ਥੋੜ੍ਹਾ ਜਿਹਾ ਜ਼ਿਆਦਾ ਖਾਂਦੇ ਆ ਬੇਲ ਔਰ ਪਿਆਜ਼ ਔਰ ਆਵਾਸ ਤਿੰਨੋਂ ਅਸੀਂ ਤਾਂ ਖਾ ਲਈਦਾ ਥੋੜ੍ਹੇ ਘੀ ਵਾਲਾ ਵੀ ਬਿਲਕੁਲ ਰੈਡੀ ਹੋ ਗਿਆ ਅਤੇ ਹੁਣ ਨਾ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਕੁੱਟਿਆ ਹੋਇਆ ਧਨੀਆ ਇਹ ਪਾ ਲੈਂਦੀ ਹਾਂ ਲੈ ਕੇ ਖੁਸ਼ਬੂ ਫਿਰ ਸੋਹਣੀ ਆਉਂਦੀ ਹੈ ਧਨੀਆ ਬੇਟਾ ਅਤੇ ਹੁਣ ਮੈਂ ਥੋੜ੍ਹੀ ਰੋਟੀਆਂ ਪਕਾ ਲੈਂਦੀ ਹਾਂ ਖੇਤਾਂ ਨੂੰ ਗਿਆ ਪਾ ਕੇ ਪਾ 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 ਆਈ ਆਈ ਅੰਡਾ ਆ ਲਾ ਯਾ
ਮੇਰੀ ਰਾਤ ਦੀ ਰੋਟੀ ਖਾਣਾ ਠੀਕ ਹੈ ਨਾ ਮਮਾ ਸਾਡਾ ਪਾਜੀ ਦੋਦ ਪਿਆ ਖਾਣੇ ਵਾਲੀ ਆ ਜਾਣਾ ਨਹੀਂ ਮੈਂ ਵੀ ਵੱਡਾ ਹੋ ਗਿਆ ਮੈਂ ਵੀ ਬਣੂਗਾ ਅਜੇ ਖਾਉਂ ਨੇ ਰੋਟੀ ਮਮਾ ਮੈਂ ਵੱਡਾ ਹੋ ਕੇ ਮੈਂ ਬਹਿਣ ਨਹੀਂ ਨਾ ਮਮਾ ਬੋਲਦੀ ਪਾਜੀ ਚਾਚੂ ਫਾਰ ਮੇਰੇ ਪਾਜੀ ਚਾਚੂ ਰੋਟੀ ਦੇਣੀ ਨਹੀਂ ਕਿੰਨੇ ਝੂਠ ਬੋਲਦਾ ਪਾਪਾ ਮੈਨੂੰ ਲੱਗਦਾ ਨਹੀਂ ਉਹ ਚਾਹ ਦੇ ਵਾਸਤੇ ਛੱਡ ਛੱਡ ਕੇ ਨਹੀਂ ਗਿਆ ਤੇ ਪੱਟੇ ਫੜਨ ਗਿਆ ਅੱਛਾ ਜੇ ਰੋਟੀ ਆਪਣੇ ਕੋਲ ਚਾਹ ਤੋਂ ਬਾਅਦ ਛੱਡ ਕੇ ਨਹੀਂ ਗਿਆ ਇਸ ਨੂੰ ਕਿੱਦਾਂ ਸੀ ਉਹ ਮੂੰਹ ਠਾਇਆ ਸੀ ਨਾ ਪੱਟੇ ਫੜਨ ਆਇਆ ਸੀ ਬੰਦਾ ਨਾ ਬੋਲਤੀ ਲੱਗ ਅੱਛਾ ਅੱਛਾ ਰੋਟੀ ਖਾਣੀ ਤੁਹਾਡੇ ਕੋਲ